अगर आपने हमारा चैनल सब्सक्राइब नहीं किया है तो सामने सब्सक्राइब का बटन दिख रहा है, प्लीज सब्सक्राइब करें। और उसके साथ ही नोटिफिकेशन बेल आ रहा है, उसे भी क्लिक करें ताकि तुरंत नोटिफिकेशन आ जाए जो वीडियो हम अपलोड करें। संत बाबा निर्मल दास जी प्रधान श्री गुरुदास साधु संपन्न सोसाइटी रजिस्टर्ड पंजाब, संत बाबा निर्मल दास जी जमुना नगर, संत बाबा हाकम दास जी महाराज सुनाम तो और जिन्नी भी संगत एकत्रित हुई है सारी सत्कार योग है, क्योंकि आप लोग इन्नी गर्मी दे विच इस समागम दे विच अपनी शमूलियत दे रहे हो, तो आप भी बहुत बधाई दे पात्र हो। और बेगमपुरा चैरिटेबल ट्रस्ट बेगमपुरा भजन मंडली नू मैं लख लख मुबारकबाद दिनी हाँ कि जिन्होंने इस टाइम ते और इन्नी गर्मी दे विच इन्ना जबरदस्त प्रोग्राम लिखा है और संगत नू जोड़न दा, जो संगत इस टाइम बड़े अलग अलग दिशा निर्देशन चल रही है और एक माला दे मोती उच प्रोण दे वास्ते ये जो प्रोग्राम लिखा है, मैं सारे ही इस इलाके दियां संगतां नू और बेगमपुरा चैरिटेबल ट्रस्ट नू सारे ही जिन्हें भी पतवंत सजना लख लख मुबारकबाद दिनी हाँ। गल करते हाँ साडे साहिबे कमाल साडे धार्मिक आगू धार्मिक गुरु क्रांतिकारी रहबर श्री गुरुदास जी महाराज दी, ਉਹ ਕੋਈ ਪਰਮਾਤਮਾ ਦੇ ਪੂਜਣ ਜੋ ਉਹਨੂੰ ਪਰਮਾਤਮਾ ਨੂੰ ਸਿਮਰਨ ਕਰਨ ਵਾਸਤੇ ਨਹੀਂ ਆਏ ਸੀ, ਜਿਸ ਟਾਈਮ ਤੇ ਗੁਰੂ ਰਵਿਦਾਸ ਜੀ ਮਹਾਰਾਜ ਨੇ ਇਸ ਧਰਤੀ ਤੇ ਆਪਣਾ ਪ੍ਰਕਾਸ਼ ਲਿਆ, ਉਸ ਟਾਈਮ ਸਮਾਜ ਦੇ ਵਿੱਚ ਜੋ ਛੂਆ ਛਾਤ ਗਰੀਬੀ ਊਚ ਨੀਚ ਜਾਤ ਪਾਤ ਦਾ ਜੋ ਕੋੜ ਸੀ ਉਹ ਬੁਲੰਦੀਆਂ ਨੂੰ ਛੂਰਿਆ ਸੀ, ਤੇ ਬਾਬਾ ਗੁਰੂ ਰਵਿਦਾਸ ਜੀ ਮਹਾਰਾਜ ਨੂੰ ਉਹਨਾਂ ਦਾ ਉਧਾਰ ਕਰਨ ਦੇ ਲਈ ਆਪਣੇ ਸਮਾਜ ਦਾ ਉਧਾਰ ਕਰਨ ਦੇ ਲਈ ਪਰਮਾਤਮਾ ਰੂਪੀ ਉਹ ਇੱਕ ਦੇਹਧਾਰੀ ਗੁਰੂ ਬਣ ਕੇ ਸਾਡੇ ਸਮਾਜ ਨੂੰ ਇਕਜੁੱਟ ਕਰਨ ਵਾਸਤੇ ਔਰ ਇਹਨਾਂ ਜੋ ਮਨੋਵਾਦੀ ਸੋਚ ਦੇ ਲੋਕਾਂ ਨੂੰ ਲੜਾਈ ਕਰਨ ਦੇ ਲਈ ਉਹਨਾਂ ਨੂੰ ਤਾਕਤਵਰ ਬਣਾਉਣ ਵਾਸਤੇ ਉਹਨਾਂ ਨੇ ਜਨਮ ਲਿਆ, ਜਿਸ ਸਾਡੇ ਧਾਰਮਿਕ ਗੁਰੂਆਂ ਦਾ ਬਹੁਤ ਵੱਡਾ ਹੱਥ ਹੈ। ਗੱਲ ਕਰਾਂਗੀ ਮੈਂ ਐਜੂਕੇਸ਼ਨ ਦੀ। ਗੁਰੂ ਰਵਿਦਾਸ ਜੀ ਮਹਾਰਾਜ ਨੇ 641 ਸਾਲ ਪਹਿਲੇ ਐਜੂਕੇਸ਼ਨ ਦਾ ਹੋਕਾ ਦਿੱਤਾ। ਕਿਉਂ ਦਿੱਤਾ? ਉਹਨਾਂ ਨੂੰ ਪਤਾ ਸੀ ਕਿ ਐਜੂਕੇਸ਼ਨ ਤੋਂ ਬਿਨਾਂ ਜੋ ਸਾਡਾ ਸਮਾਜ ਹੈ, ਜੋ ਇੱਕ ਜੀਵ ਹੈ, ਉਹਦੀ ਜੋ ਜ਼ਿੰਦਗੀ ਹੈ ਉਹ ਨਰਕ ਦੀ ਜ਼ਿੰਦਗੀ ਹੈ, ਉਹਦੀ ਜ਼ਿੰਦਗੀ ਪਸ਼ੂ ਦੇ ਸਮਾਨ ਹੈ। ਪਰਾਧੀਨਤਾ ਪਾਪ ਹੈ, ਜਾਨ ਲਿਹੋਰੇ ਮੀਤ, ਰਵਿਦਾਸ ਦਾਸ ਪਰਾਧੀਨ ਸੇ ਕੌਣ ਕਰੇ ਹੈ ਪ੍ਰੀਤ। ਉਹਨਾਂ ਨੇ ਕਿਉਂ ਸ਼ਬਦ ਉਚਾਰਿਆ? ਕਿਉਂਕਿ ਉਹਨਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜਿਆ ਗਿਆ। ਗੱਲ ਕਰੀਏ ਸਿਕੰਦਰ ਲੋਧੀ ਦੀ, ਦਿੱਲੀ ਦੇ ਵਿੱਚ ਗੁਰੂ ਰਵਿਦਾਸ ਜੀ ਮਹਾਰਾਜ ਦੀ ਜੋ ਉਹਨਾਂ ਨੇ ਦੇਖਿਆ ਕਿ ਇੰਨਾ ਸਿਮਰਨ ਕਰ ਰਹੇ ਔਰ ਇੱਕ ਸ਼ੂਦਰ ਸੰਤ ਇਹਨੂੰ ਕਿਹਨੇ ਰਾਈਟ ਦਿੱਤਾ ਹੈ? ਕਿਉਂਕਿ ਉਸ ਟਾਈਮ ਤੇ ਜੋ ਦਲਿਤ ਸ਼ੋਸ਼ਿਤ ਸਮਾਜ ਮੂਲ ਨਿਵਾਸੀ ਜਿਨ੍ਹਾਂ ਨੂੰ ਸੋ ਕਾਲ ਦਲਿਤ ਕਹਿੰਦੇ ਨੇ, ਤੁਸੀਂ ਦਲਿਤ ਨਹੀਂ ਮੇਰੇ ਭਾਈਓ, ਤੁਸੀਂ ਚਮਾਰ ਜਾਤੀ ਦੇ ਨਾਲ ਤੁਸੀਂ ਇਸ ਦੇਸ਼ ਦੇ ਅਸਲੀ ਵਸਿੰਦੇ ਹੋ, ਤੁਸੀਂ ਇਸ ਦੇਸ਼ ਦੇ ਮਾਲਕ ਹੋ, ਤੁਸੀਂ ਇਸ ਦੇਸ਼ ਦੇ ਮੂਲ ਨਿਵਾਸੀ ਹੋ। ਤੁਹਾਡੇ ਉੱਪਰ ਮਨੋਵਾਦੀ ਪੂੰਜੀਵਾਦੀ ਲੋਕਾਂ ਨੇ ਤੁਹਾਨੂੰ ਗੁਲਾਮ ਬਣਾਇਆ ਹੋਇਆ ਹੈ, ਤੇ ਅਸੀਂ ਆਪਣੇ ਨੂੰ ਦਲਿਤ ਕਹਿ ਕੇ, ਇੱਕ ਪੋਲੀਟੀਕਲ ਸ਼ਬਦ ਹੈ ਦਲਿਤ, ਤੁਸੀਂ ਦਲਿਤ ਨਹੀਂ ਹੋ, ਤੁਸੀਂ ਪਛੜੇ ਹੋਏ ਨਹੀਂ ਹੋ, ਤੁਸੀਂ ਇਸ ਦੇਸ਼ ਦੇ ਮਾਲਕ ਹੋ, ਇਹਨਾਂ ਲੋਕਾਂ ਨੇ ਤੁਹਾਨੂੰ ਪਰਾਜਿਤ ਕਰਕੇ ਤੁਹਾਨੂੰ ਗੁਲਾਮ ਬਣਾਇਆ ਹੋਇਆ ਹੈ, ਅੱਜ ਜ਼ਰੂਰਤ ਹੈ ਆਪਣੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨੀ। ਕਿਵੇਂ ਤੋੜਾਂਗੇ? ਐਜੂਕੇਟ ਹੋ ਕੇ। ਸਭ ਤੋਂ ਪਹਿਲਾਂ ਜੋ ਗੁਰੂ ਰਵਿਦਾਸ ਜੀ ਮਹਾਰਾਜ ਨੇ, ਬਾਬਾ ਸਾਹਿਬ ਅੰਬੇਡਕਰ ਜੀ ਨੇ ਜੋ ਸੰਵਿਧਾਨ ਦਿੱਤਾ ਸਾਨੂੰ ਐਜੂਕੇਸ਼ਨ ਦਾ, ਅਗਰ ਤੁਸੀਂ ਐਜੂਕੇਟ ਹੋ ਜਾਵੋਗੇ ਤਾਂ ਜੋ ਆਪਣੀ ਰਾਜਨੀਤਿਕ ਸੱਤਾ ਹੈ, ਆਪਣੀ ਵੋਟ ਦਾ ਜੋ ਅਧਿਕਾਰ ਹੈ, ਉਹ ਸਹੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ ਔਰ ਸੱਤਾ ਤੇ ਆਪਣਾ ਕਬਜ਼ਾ ਕਰ ਸਕਦੇ ਹੋ। ਲੇਕਿਨ ਅਫਸੋਸ ਮੌਕੇ ਦੀਆਂ ਸਰਕਾਰਾਂ ਨੇ ਸਾਡੇ ਸਮਾਜ ਦੇ ਲਈ ਜੋ ਗਵਰਨਮੈਂਟ ਅਦਾਰੇ ਸੀ ਉਹ ਬੰਦ ਕਰ ਦਿੱਤੇ ਔਰ ਉੱਥੇ ਦੀਆਂ ਬਿਲਡਿੰਗਾਂ ਖਤਮ ਕਰ ਦਿੱਤੀਆਂ। ਉੱਥੇ ਟੀਚਰਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ, ਜੋ ਟੀਚਰ ਭਰਤੀ ਕੀਤੇ ਜਾ ਰਹੇ ਹੈ ਉਸ ਲੈਵਲ ਦੇ ਨਹੀਂ ਕੀਤੇ ਜਾ ਰਹੇ, ਅੱਜ ਪ੍ਰਾਈਵੇਟਲਾਈਜੇਸ਼ਨ ਹੋ ਗਈ ਹੈ ਐਜੂਕੇਸ਼ਨ ਦੀ। ਗਰੀਬ ਬੰਦਾ ਸਕੂਲ ਦੇ ਵਿੱਚ ਨਹੀਂ ਪੜ੍ਹਾ ਸਕਦਾ, ਲੇਕਿਨ ਗਰੀਬ ਬੰਦਿਆਂ ਨੂੰ ਗਰੀਬ ਬੱਚਿਆਂ ਨੂੰ ਇੰਨਾ ਲਤਾੜਿਆ ਜਾ ਰਿਹਾ ਹੈ ਔਰ ਸਕੂਲਾਂ ਦੇ ਵਿੱਚ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਲੇਕਿਨ ਜੋ ਸਾਡੇ ਲੀਡਰ ਹੈ ਜਿਨ੍ਹਾਂ ਨੂੰ ਅਸੀਂ ਚੁਣ ਕੇ ਆਪਣੀ ਵੋਟ ਦੇ ਨਾਲ ਚੁਣ ਕੇ ਅਸੀਂ ਸੱਤਾ ਦੇ ਵਿੱਚ ਭੇਜਦੇ ਹਾਂ, ਉਹ ਗੁੰਗੇ ਬਹਿਰੇ ਬੋਲੇ ਤੋਤੇ ਬਣੇ ਹੋਏ ਨੇ, ਉਹਨਾਂ ਪਾਰਟੀਆਂ ਦੇ ਵਿੱਚ ਬੈਠ ਕੇ ਤੋਤਿਆਂ ਦਾ ਕੰਮ ਕਰਦੇ ਨੇ। ਉਹਨਾਂ ਨੂੰ ਜ਼ਰੂਰਤ ਹੈ ਕੋਇਲਾਂ ਬਣਨ ਦੀ, ਕਿਉਂਕਿ ਕੋਇਲ ਹਮੇਸ਼ਾ ਆਜ਼ਾਦ ਹੁੰਦੀ ਹੈ, ਉਹ ਆਪਣੀ ਬੋਲੀ ਬੋਲਦੀ ਹੈ। ਸਾਡੇ ਜੋ ਲੀਡਰ ਹੈ ਜਿਨ੍ਹਾਂ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਨੇ ਪੂਨਾ ਪੈਕਟ ਦੇ ਥਰੂ
वोट का अधिकार दिता सी, वोट की आजादी दिती सी, और जो वोट लेके तोते बन के बैठे ने उन्हें जरूरत है। मैं अपनी भैनों नू अपने वीरों नू मैं इस स्टेज के माध्यम तो संदेश देना चाहती हाँ और उन्होंने बेनती करना चाहती हाँ कि आओ। गुरु रविदास जी महाराज कहते सी मैं सत्संगत मिल रही है माधो जैसे मधु मखीरा। ते आपां कित्थे बैठे हैं? गुरु रविदास जी महाराज जन्मदिन मना लेना कोई बहुत वड्डी गल नहीं, साल बाद भंगड़े पा लैने, शराबा पी लेनिया, नशा कर लेना और असी साल बाद एक दिन दे रहे असी उन्हां दे भंगड़े पा के जन्मदिन मना लेना। गुरु रविदास जी महाराज ने नशे का विरोध किया सी कि गंगा जल दी बनी हुई शराब होवे तां वी सानू सेवन नहीं करना चाहिए। क्यों? क्योंकि जिहड़ा नशा है ये साडे शरीर नू एक स्यौंक की बीमारी है, एक बहुत वड्डा कोड़ है, यह साडा जो कैंसर की बीमारी है जो अंदरों अंदर ही सानू खोखला कर दिंदा है। अज साडा यूथ जो साडे बच्चे हैं और जो नशे दे विच इस टाइम इन्ना नशे दे विच फस चुके हैं उन्होंने कढ़ना मुश्किल हो चुका है। किवें कढ़िया जाएगा? एजुकेशन होके। बाबा साहब अंबेडकर का जो सिद्धांत सी एजुकेशन, उन्होंने कहा सी पढ़ो जुड़ो संघर्ष करो। मैं दो शब्द लेनी हाँ कि तुसी पढ़ जाओ ते जुड़ जाओ ते तुहानू संघर्ष करने की लोड़ नहीं पेगी। संघर्ष अपने आप जिथे एकता हो जाती है उत्थे संघर्ष की लोड़ नहीं। उत्थे तुहाडे सामने जो विरोधी पार्टियां हैं, विरोधी सरकारां हैं, तुहाडे चरणां दे विच तुहाडे पैरां दे विच झुक जाणगियां। पता लग जाएगा कि लोग एकजुट हो चुके हैं। अज तुसी एकजुट होकर बैठे हो तो उन्होंने डर पै जाएगा। अज बाबा साहब अंबेडकर ने कहा सी कि मैं उदों तक जिंदा हाँ, मैं उदों तक जिंदा हाँ जो तक मेरा संविधान जिंदा है। मेरे संविधान ना कोई छेड़छाड़ नहीं होएगी ते मैं तुहाडे विच हाँ। लेकिन अज तुहाडा संविधान दिल्ली दे विच जंतर मंतर दे पुलिस की मौजूदगी दे विच प्रशासन की मौजूदगी दे विच साड़िया गया ते की असी की कर रहे हैं? अज ते पूरे देश दे विच मोदी जो सेंटर दी सरकार है इन्हें पता लग जाना चाहिए सी कि बाबा साहब की जो औलाद है, गुरु रविदास जी महाराज की जो औलाद है, संत कबीर जी महाराज की जो औलाद है, ये एवें नहीं है। लेकिन अफसोस कि असी बंडे हुए हैं छोटिया छोटिया टुकड़िया के बिच। असी बाबा साहब अंबेडकर की दिती हुई रिजर्वेशन का फायदा पूरा ले रहे हैं लेकिन वह जो फल दे रहे हैं असी मनुवादी ब्राह्मणवादी लोगों को दे रहे हैं, अपने समाज में दे रहे नहीं। जो तुम अपने समाज में सोच का बाबा साहब की दिती हुई कुरबानी का फायदा देना सोच लोगे तो थोड़ा समाज वह दिन दूर नहीं है कि थोड़ा मूल निवासियों का राज भारत देश से होएगा और तुम इस देश से राज करोगे। पर अफसोस है आप राज नहीं करना चाहते। दुश्मन का ताकतवर नहीं है, तुसी कमजोर हो। असी दुश्मन नू कहने कि ताकतवर है, उसकी सोच माड़ी है, उसकी सोच बहुत बढ़िया है क्योंकि अपने समाज के प्रति वह वफादार है। आप अपने समाज में गद्दारी कर रहे हैं, आप अपने समाज के प्रति वफादार नहीं है। वह अपने समाज के नहीं वफादार हैं, वह बहुत बढ़िया काम कर रहे हैं। सानू उन्हां तो सीखना चाहिए है, वह साले एग्जाम्पल हैं कि सानू भी अपने समाज के लिए एकजुट होना पड़ेगा। सड़कों पर आने की जरूरत है। कलम की लड़ाई बाबा साहब अंबेडकर को पता है कि मैं ना ताकतवर नहीं है, मैं कमजोर हाँ, मैं हर तरफ से कमजोर हूँ, मेरे को सत्ता नहीं है, मेरे को पैसा नहीं है, मैनू अगर मैं कोई प्रोटेस्ट करांगा तो लोग मैनू मारनगे, मेरे समाज में मारनगे। उन्होंने कलम की लड़ाई लड़ी, उन्होंने एजुकेशन ली, एजुकेशन लेके भारत का संविधान लिखा जिसे विच तुहानू हर तरह के राइट, राइट टू वोट, राइट टू एजुकेशन, राइट टू प्रॉपर्टी, राइट टू सर्विस, राइट टू इलेक्शन, तुहानू सारे उन्होंने देते अधिकार। पर आप की कर रहे हैं? अधिकार लेके वोट का असी मनुवादियों को वोटा पा पा के अज तुम मोदी को अज प्रधानमंत्री तो मोदी कोई ब्राह्मणवादी लोगों की वोट ना प्रधानमंत्री नहीं बन गया, यह थोड़ी वोट ना बनिया। अज तुम अज फिर 2019 अगर तुम ना समझे तो अज थोड़ा संविधान जलाया गया है। जेकर 2019 अगर सत्ता आ जाती है तो थोड़ा संविधान खत्म हो जाएगा, थोड़ा संविधान नहीं बचेगा और तुम आज जो प्रोग्राम कर रहे हो कर नहीं पाओगे। और तुम मुड़ के उन्हें छप्पड़ा के कंडे उन्हें पिंड की दहलीज तो बाहर झुग्गियों च रहने लिए मजबूर कर दिया जाएगा। तुहानू कोई प्रॉपर्टी रखने का अधिकार नहीं होएगा, तुहानू पढ़ने का अधिकार नहीं होएगा। उन्होंने सोच सोची हुई है। बाबा साहब अंबेडकर मनुस्मृति साड़न की लोड़ पई सी,
25 दिसंबर 1927 ਨੂੰ ਬਾਬਾ ਸਾਹਿਬ ਅੰਬੇਡਕਰ ਜੀ ਨੇ ਮਨੂ ਸਮ੍ਰਿਤੀ ਕਿਉਂ ਸਾੜੀ ਸੀ? ਉਹ ਸਾਡੇ ਲੋਕਾਂ ਦੇ ਲਈ ਗਰੀਬ ਲੋਕਾਂ ਦੇ ਵਿਰੋਧੀ ਸੰਵਿਧਾਨ ਸੀ। ਨਾ ਤੁਸੀਂ ਸੱਤਾ ਤੇ ਕਬਜ਼ਾ ਕਰਨਾ ਹੈ, ਨਾ ਕਿ ਤੁਸੀਂ ਵਿਰੋਧੀਆਂ ਨੂੰ ਤਾਕਤਵਰ ਕਰਨਾ ਹੈ। ਇਹਦੀ ਕੀਮਤ ਤੁਸੀਂ ਵੋਟ ਪਾਉਣ ਤੋਂ ਪਹਿਲਾਂ ਸੋਚ ਲੈਣਾ ਕਿ ਇਹਦੀ ਜੋ ਕੀਮਤ ਹੈ ਮੇਰੀ ਭੈਣ ਦੇ ਬਰਾਬਰ ਹੈ, ਇਹਦੀ ਜੋ ਕੀਮਤ ਹੈ ਮੇਰੀ ਮਾਤਾ ਦੇ ਬਰਾਬਰ ਹੈ, ਇਹਦੀ ਜੋ ਕੀਮਤ ਹੈ ਮੇਰੀ ਪਤਨੀ ਦੇ ਬਰਾਬਰ ਹੈ। ਕੀ ਆਪਾਂ ਵੋਟ ਪਾਉਣ ਲੱਗੇ ਸੋਚ ਰਹੇ ਹਾਂ ਕਿ ਅਸੀਂ ਆਪਣੀ ਧੀ ਦਾ ਸੌਦਾ ਕਰ ਰਹੇ ਹਾਂ, ਅਸੀਂ ਆਪਣੀ ਮਾਤਾ ਦਾ ਸੌਦਾ ਕਰ ਰਹੇ ਹਾਂ, ਅਸੀਂ ਆਪਣੀ ਪਤਨੀ ਦਾ ਸੌਦਾ ਕਰ ਰਹੇ ਹਾਂ? ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਵੋਟ ਪਾਉਣ ਤੋਂ ਪਹਿਲਾਂ ਸੋਚ ਲਿਓ ਕਿ ਆਪਾਂ ਕੀ ਕਰਨ ਲੱਗੇ ਹਾਂ। ਇਹਦੀ ਵੋਟ ਦੀ ਕੀਮਤ ਤੁਹਾਡੀਆਂ ਭੈਣਾਂ ਧੀਆਂ ਮਾਤਾਵਾਂ ਦੇ ਬਰਾਬਰ ਹੈ, ਕਿਉਂਕਿ ਮੈਂ ਇਹਨੂੰ ਖੂਨ ਦਾ ਖੂਨ ਦੀਆਂ ਕਤਰਾ ਕਤਰਾ ਬਹਾ ਕੇ ਇਹ ਤੁਹਾਨੂੰ ਮੈਂ ਅਧਿਕਾਰ ਲੈ ਕੇ ਦੇ ਕੇ ਜਾ ਰਿਹਾ ਹਾਂ। ਉਹ ਸਮਾਂ ਸੀ ਬਾਬਾ ਸਾਹਿਬ ਅੰਬੇਡਕਰ ਨੇ ਦੂਰ ਦੀ ਸੋਚੀ, ਤੁਹਾਨੂੰ ਦੋਹਰੀ ਵੋਟ ਦਾ ਅਧਿਕਾਰ ਦੇਣ ਦੇ ਲਈ ਉਹਨਾਂ ਨੇ ਬੜਾ ਵੱਡਾ ਉਹਨਾਂ ਨੇ ਇੱਕ ਐਕਟ ਬਣਾਇਆ। ਲੇਕਿਨ ਅਫਸੋਸ, ਜਿਹਨੂੰ ਅਸੀਂ ਮਹਾਤਮਾ ਗਾਂਧੀ ਹੈ, ਉਹ ਮਹਾਤਮਾ ਗਾਂਧੀ ਨਹੀਂ ਹੈ, ਉਹ ਸਾਡੀ ਬਰਬਾਦੀ ਦਾ ਕਾਰਨ ਸੀਗਾ। ਉਹਨੇ ਬਰਨਵਾਤ ਰੱਖ ਕੇ ਸਾਡਾ ਦੋਹਰੀ ਵੋਟ ਦਾ ਅਧਿਕਾਰ ਖੋਲਿਆ। ਅਗਰ ਸਾਡਾ ਦੋਹਰੀ ਵੋਟ ਦਾ ਅਧਿਕਾਰ ਹੁੰਦਾ ਤੇ ਜਦੋਂ ਸਰਕਾਰਾਂ ਸਾਡਾ ਨਾ ਕੰਮ ਕਰਦੀਆਂ, ਅਸੀਂ ਦੂਜੀ ਵੋਟ ਪਾ ਕੇ ਅਸੀਂ ਆਪਣੇ ਸਮਾਜ ਦੀ ਸਰਕਾਰ ਬਣਾ ਸਕਦੇ ਸੀ। ਪਰ ਬਹੁਤ ਅਫਸੋਸ ਹੋਇਆ, ਕਿਉਂਕਿ ਬਾਬਾ ਸਾਹਿਬ ਦੀ ਮਜ਼ਬੂਰੀ ਬਣ ਗਈ ਸੀ ਕਿ ਉਸ ਟਾਈਮ ਤੇ ਬਾਬਾ ਸਾਹਿਬ ਅੜ ਵੀ ਜਾਂਦੇ, ਪਰ ਉਹਨਾਂ ਮਨੁਵਾਦੀ ਲੋਕਾਂ ਨੇ ਸਾਡੇ ਗਰੀਬਾਂ ਦੇ ਘਰਾਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ, ਸਾਡੇ ਗਰੀਬਾਂ ਦੀਆਂ ਝੁੱਗੀਆਂ ਸਾੜਨੀਆਂ ਸ਼ੁਰੂ ਕਰਤੀਆਂ, ਹਜ਼ਾਰਾਂ ਦੀ ਤਦਾਦ ਨਾਲ ਲੋਕਾਂ ਨੂੰ ਮਾਰਨਾ ਸ਼ੁਰੂ ਕਰਤਾ। ਬਾਬਾ ਸਾਹਿਬ ਕਹਿੰਦੇ ਮੈਂ ਆਪਣੇ ਚਾਰ ਬੱਚਿਆਂ ਦੇ ਲਈ, ਇੱਕ ਗਾਂਧੀ ਦੇ ਲਈ, ਇੱਕ ਦੋਹਰੀ ਵੋਟ ਦੇ ਲਈ ਮੈਂ ਆਪਣਾ ਸਾਰਾ ਸਮਾਜ ਮਰਦਾ ਸੜਦਾ ਨਹੀਂ ਦੇਖ ਸਕਦਾ, ਤੇ ਉਹਨੂੰ ਮਜਬੂਰਨ ਉਹਤੇ ਸਮਝੌਤਾ ਕਰਨਾ ਪਿਆ, ਨਹੀਂ ਤਾਂ ਤੁਹਾਡਾ ਦੋਹਰੀ ਵੋਟ ਦਾ ਅਧਿਕਾਰ ਵੀ ਤੁਹਾਡੇ ਕੋਲ ਹੁੰਦਾ। ਪਰ ਅੱਜ ਬਾਬਾ ਸਾਹਿਬ ਅੰਬੇਡਕਰ ਨੇ, ਕਈ ਲੋਕ ਕਹਿੰਦੇ ਨੇ ਬਾਬਾ ਸਾਹਿਬ ਜੀ ਧਰਮ ਨੂੰ ਨਹੀਂ ਸੀ ਮੰਨਦੇ, ਬਾਬਾ ਸਾਹਿਬ ਧਾਰਮਿਕ ਖਿਆਲਾਂ ਦੇ ਨਹੀਂ ਸਨ। ਬਾਬਾ ਸਾਹਿਬ ਦੀ ਹਿਸਟਰੀ ਆ, ਉਹਦੀ ਆਟੋਬਾਇਓਗ੍ਰਾਫੀ ਆ, ਜਿਹ 'ਚ ਲਿਖਿਆ ਹੋਇਆ ਕਿ ਉਹਨਾਂ ਤਿੰਨ ਗੁਰੂ ਹੋਏ ਆ, ਸੰਤ ਕਬੀਰ ਜੀ ਮਹਾਰਾਜ ਗੁਰੂ ਹੋਇਆ, ਮਹਾਤਮਾ ਜੋਤੀਰਾਵ ਫੂਲੇ ਹੋਏ ਨੇ, ਔਰ ਉਹਨਾਂ ਨੇ ਮਹਾਤਮਾ ਬੁੱਧ, ਕਿਉਂਕਿ ਉਹਨਾਂ ਨੇ ਬੁੱਧ ਧਰਮ ਕਿਉਂ ਅਪਣਾਇਆ? ਹਿੰਦੂ ਧਰਮ ਤੋਂ ਬੜੇ ਪਰੇਸ਼ਾਨ ਹੋ ਗਏ ਸੀ ਕਿ ਹਿੰਦੂਆਂ ਦੀ ਜੋ ਸੋਚ, ਇਹਨਾਂ ਦੀ ਮਾੜੀ ਸੋਚ ਨੂੰ ਦੇਖ ਕੇ ਉਹ ਕਹਿੰਦਾ ਸੀ ਮੈਂ ਹਿੰਦੂ ਧਰਮ 'ਚ ਪੈਦਾ ਹੋਇਆ, ਇਹ ਮੇਰੇ ਵੱਸ ਨਹੀਂ ਹੈ, ਲੇਕਿਨ ਹਿੰਦੂ ਧਰਮ 'ਚ ਮਰਨਾ ਇਹ ਮੇਰੇ ਵੱਸ ਦੀ ਗੱਲ ਹੈ। ਅਤੇ ਉਹਨਾਂ ਨੇ ਆਪਣਾ ਧਰਮ ਪਰਿਵਰਤਨ ਕੀਤਾ ਕਿ ਮੈਂ ਹਿੰਦੂ ਧਰਮ ਤੋਂ ਬਹੁਤ ਦੁਖੀ ਹਾਂ, ਇਹਨਾਂ ਦੀ ਜੋ ਸੋਚ ਹੈ ਸਾਡੇ ਸਮਾਜ ਦੇ ਲਈ ਬਹੁਤ ਮਾੜੀ ਹੈ, ਇਸ ਕਰਕੇ ਬਾਬਾ ਸਾਹਿਬ ਅੰਬੇਡਕਰ ਨੂੰ ਆਪਣਾ ਧਰਮ ਪਰਿਵਰਤਨ ਕਰਨਾ ਪਿਆ। ਆਓ ਆਪਾਂ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਨੂੰ ਲੈ ਕੇ, ਮਹਾਤਮਾ ਜੋਤੀ ਰਾਏ ਫੂਲੇ ਮੇਰੀਆਂ ਭੈਣਾਂ ਬੇਟੀਆਂ ਹਨ, ਮਾਤਾ ਸਵਿਤਰੀ ਬਾਈ ਫੂਲੇ, ਮਹਾਤਮਾ ਜੋਤੀ ਰਾਓ ਫੂਲੇ ਦੀ ਜੋ ਮਿਸਿਸ ਸੀ, ਉਸ ਲੇਡੀ ਨੇ ਸਭ ਤੋਂ ਪਹਿਲਾਂ ਮਹਾਤਮਾ ਜੋਤੀ ਰਾਓ ਫੂਲੇ ਨੇ ਆਪਣੀ ਵਾਈਫ ਨੂੰ ਪੜ੍ਹਾਇਆ, ਕਿਉਂਕਿ ਜੀ ਸ਼ਾਦੀ 9 ਸਾਲ ਦੀ ਉਮਰ 'ਚ ਹੋ ਗਈ ਸੀ, ਉਹ ਪੜ੍ਹੀ ਲਿਖੀ ਨਹੀਂ ਸੀ। ਮਹਾਤਮਾ ਜੋਤੀ ਰਾਓ ਫੂਲੇ ਨੂੰ ਪਤਾ ਸੀ ਕਿ ਮੇਰੇ ਸਮਾਜ ਨੂੰ ਪੜ੍ਹਨਾ ਲਿਖਣਾ ਬਹੁਤ ਜ਼ਰੂਰੀ ਆ, ਮੇਰੇ ਸਮਾਜ ਦੀਆਂ ਧੀਆਂ ਭੈਣਾਂ ਪੜ੍ਹਨੀਆਂ ਬਹੁਤ ਜ਼ਰੂਰੀ ਆ, ਕਿਉਂਕਿ ਪੁੱਤਰ ਪੜ੍ਹਦਾ ਤਾਂ ਇੱਕ ਪਰਿਵਾਰ ਪੜ੍ਹਦਾ, ਧੀ ਪੜ੍ਹਦਾ ਪੂਰਾ ਸਮਾਜ ਪੜ੍ਹਦਾ। ਉਹਨੇ ਆਪਣੀ ਵਾਈਫ ਨੂੰ ਪੜ੍ਹਾਇਆ, ਫਿਰ ਉਹਨੂੰ ਲੜਕੀਆਂ ਦਾ ਸਕੂਲ ਖੋਲ੍ਹ ਕੇ ਦਿੱਤਾ ਜਿੱਥੇ ਉਹਨੂੰ ਪੜ੍ਹਾਉਣ ਦੇ ਲਈ ਹੈੱਡ ਮਿਸਟਰਸ ਲਾਇਆ। ਲੇਕਿਨ ਅਫਸੋਸ, ਜਦੋਂ ਮਹਾਤਮਾ ਫੂਲੇ ਦੀ ਮਿਸਿਸ ਸਵਿਤਰੀ ਬਾਈ ਫੂਲੇ ਪੜ੍ਹਾਉਣ ਜਾਇਆ ਕਰਦੀ ਸੀ ਤੇ ਮਨੁਵਾਦੀ ਸੋਚ, ਬ੍ਰਾਹਮਣਵਾਦੀ ਲੋਕ ਉਹਨਾਂ ਤੇ ਕਿੱਚੜ ਸੁੱਟਦੇ ਸੀ, ਨਾਲੀਆਂ ਚੁੱਕੇ, ਗੋਬਰ ਮਾਰਦੇ ਚੁੱਕੇ, ਪਰ ਉਹਨੇ ਮਹਾਤਮਾ ਜੋਤੀਰਾਓ ਫੂਲੇ ਨੇ ਕਿਹਾ ਸੀ ਕਿ ਔਕੜਾਂ ਬਹੁਤ ਆਉਣੀਆਂ, ਆਪਾਂ ਨੇ ਵਿਰੋਧ ਨਹੀਂ ਕਰਨਾ, ਆਪਾਂ ਕਮਜ਼ੋਰ ਨਹੀਂ ਬਣਨਾ, ਆਪਾਂ ਇਹਦਾ ਪੀਸਫੁਲੀ ਦਾ ਸਾਹਮਣਾ ਕਰਨਾ ਕਿ ਅਗਰ ਤੂੰ ਤੇਰੇ ਕੋਲ ਗੋਬਰ ਸੁੱਟਦਾ ਤਾਂ ਇੱਕ ਵਸਤਰ ਆਪਣੇ ਨਾਲ ਹੋਰ ਲੈ ਜਾ ਕਰ। ਉਹ ਆਪਣੀ ਇੱਕ ਸਾੜੀ ਆਪਣੇ ਨਾਲ ਲੈ ਕੇ ਜਾਇਆ ਕਰਦੀ ਸੀ ਸਕੂਲ ਦੇ ਵਿੱਚ, ਉਹਨੇ ਉਹ ਸਾੜੀ ਖੋਲ੍ਹਣੀ, ਦੂਜੀ ਸਾੜੀ ਪਹਿਨ ਕੇ ਬੱਚਿਆਂ ਨੂੰ ਪੜ੍ਹਾ ਕੇ ਵਾਪਸ ਆਉਣਾ, ਵਾਪਸ ਆਉਣ 'ਤੇ ਫਿਰ ਗੋਬਰ ਸੁੱਟਣਾ, ਉਹਨੇ ਘਰ ਆ ਕੇ ਸਾੜੀ ਧੋਣੀ। ਉਹ ਲੇਡੀ ਉਹ ਦੇਵੀ ਆ ਸਾਡੀ ਪੂਜਣ ਜੋ, ਜਿਹਨੇ ਆਪਣੀ ਜ਼ਿੰਦਗੀ 'ਤੇ ਖੇਲ ਕੇ ਤੁਹਾਨੂੰ ਐਜੂਕੇਸ਼ਨ ਦਾ ਅਧਿਕਾਰ ਦਿੱਤਾ, ਲੜਕੀਆਂ ਨੂੰ ਪੜ੍ਹਾਇਆ, ਅੱਜ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਬਾਬਾ ਸਾਹਿਬ ਅੰਬੇਡਕਰ ਦੇਣ, ਐਵੇਂ ਨਹੀਂ ਬਣ ਗਏ, ਕਿਉਂਕਿ ਲੇਡੀਜ਼ ਨੂੰ ਤਾਂ ਮੈਂ ਉਸ ਸਮਰੀ ਦੇ ਮੁਤਾਬਕ, ਤੁਹਾਨੂੰ ਤਾਂ ਸਤੀ ਪ੍ਰਥਾ ਦੀ ਸੀਗੀ, ਤੁਹਾਨੂੰ ਤਾਂ ਜਦੋਂ ਸਾਡੇ ਘਰੇ ਡੈਥ ਹੁੰਦੀ ਸੀ ਨਾਲੇ ਲੜਕੇ ਨੂੰ ਸਾੜ ਦਿੱਤਾ ਜਾਂਦਾ ਸੀਗਾ, ਪੜ੍ਹਨ ਦਾ ਅਧਿਕਾਰ ਤੁਹਾਨੂੰ ਨਹੀਂ ਸੀਗਾ, ਬਰਾਬਰ ਚੱਲਣ ਦਾ ਅਧਿਕਾਰ ਤੁਹਾਨੂੰ ਨਹੀਂ ਸੀ, ਨੌਕਰੀਆਂ ਕਰਨ ਦਾ ਅਧਿਕਾਰ ਤੁਹਾਨੂੰ ਨਹੀਂ ਸੀ। ਇਹ ਬਾਬਾ ਸਾਹਿਬ ਅੰਬੇਡਕਰ ਦੀ ਗਲਤ ਹੋਇਆ। ਅੱਜ ਕਹਿੰਦੇ ਨੇ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਬਣਾਇਆ ਸਿਰਫ ਦਲਿਤਾਂ ਵਾਸਤੇ, ਉਹਨੇ ਪੂਰੇ ਦੇਸ਼ ਦਾ ਬਣਾਇਆ। ਅਗਰ ਆਜ਼ਾਦੀ ਮਿਲੀ ਔਰਤ ਵਰਗ ਨੂੰ ਤਾਂ ਪੂਰੇ ਦੇਸ਼ ਦੀ ਔਰਤ ਵਰਗ ਨੂੰ ਮਿਲੀ, ਨਾ ਕਿ ਕਦੀ ਦਲਿਤਾਂ ਨੂੰ। ਦਲਿਤ ਔਰਤ ਨੂੰ ਤਾਂ ਆਜ਼ਾਦੀ ਮਿਲੀ ਨਹੀਂ, ਦਲਿਤ ਔਰਤ ਅੱਜ ਵੀ ਉਹਨਾਂ ਦੀ ਗੁਲਾਮ ਹੈ, ਕਿਉਂਕਿ ਅੱਜ ਵੀ ਉਹਦੇ ਜ਼ੁਰਮ ਹੋ ਰਿਹਾ ਹੈ। ਜਿੰਨੇ ਤੁਹਾਡੇ ਆ ਤੁਸੀਂ ਪੜ੍ਹਦੇ ਸੋਸ਼ਲ ਮੀਡੀਆ 'ਤੇ ਅਖਬਾਰਾਂ ਦੇ ਵਿੱਚ, ਉਹ ਸਾਡੇ ਹੀ ਸਮਾਜ ਦੀਆਂ ਧੀਆਂ ਭੈਣਾਂ ਔਰ ਨਾਬਾਲਗ ਲੜਕੀਆਂ ਦੇ ਨਾਲ ਜੋ ਇਹਨਾਂ ਸ਼ੋਸ਼ਣ ਕਰ ਰਹੇ ਹਨ, ਅੱਜ ਜ਼ਰੂਰਤ ਹੈ, ਕਿਉਂਕਿ ਜਦੋਂ ਅਸੀਂ ਪੜ੍ਹ ਜਾਵਾਂਗੇ ਨਾ ਤਾਂ ਅਸੀਂ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਸਿੱਖ ਜਾਵਾਂਗੇ, ਅਸੀਂ ਬਲਵਾਨ ਬਣ ਜਾਵਾਂਗੇ। ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀ ਕਿ ਐਜੂਕੇਸ਼ਨ ਇਹ ਸਫਲਤਾ ਦੀ ਕੁੰਜੀ ਆ, ਪੜ੍ਹਾਈ ਵਿੱਦਿਆ, ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ।
परोपकार के काम कर दी, थानू जागृत कर दिया, थोड़ा अज्ञानता का अंधेरा दूर करके थानू ज्ञान बन बना दिया। जिदन तुसी ज्ञान बन बन जाओगे, मन तो जोत स्वरूप है, अपना मूल पछाण, तुसी बहुत ताकतवर हो, तुसी कमजोर नहीं हो। और साडा धार्मिक पक्ष जिहड़ा आ उह मजबूत होना बहुत जरूरी है, क्योंकि गुरु गोबिंद सिंह जी कहा सीगे धर्म बिना नहीं राज चले हैं, राज मिला सब दले मिले हैं। अज साडा धार्मिक पक्ष कमजोर करन जा रहे मनुवादी, क्योंकि वह सानू कह रहे कि सिमरन ना करो। पहला तरीका होर सी कि तुहानू अधिकार ही नहीं सी, अज अधिकार मिल गया तो तुहानू उन्होंने उल्टे पासे लाता कि रब किते भी नहीं हैगा। अज डेरावाद के विरुद्ध गल्लां हो रही हैं, अज डेरिया नूं अज काउंटर किया जा रहा कि डेरे खत्म होने चाहिए हैं। तुसी महापुरशां दे नां जाओ, कि जब तक थोड़ा धार्मिक पक्ष मजबूत नहीं हुंदा तद तक थोड़ा तुसी राज नहीं कर सकते। इसलिए राज करना है तो साढ़े महापुरशां नूं भी मैं बेनती करती हाँ कि महापुरशो तुसी अज सारे समाज का बीड़ा चुको, अगे हो जाओ, तां जो जगत साडा समाज आने वाला साडा पर भविख है बच्चों का, असं उन्होंने बचा सकीए। गुरु रविदास जी महाराज ने कहा सी पढ़िए गुणिए नाम सन सुनीए अनुभव भाव ना दरसे, कि जो असं पढ़ जावे तो सानू किसी डर नहीं रहेगा। इस करके पढ़ना बहुत जरूरी है। बाबा साहब अंबेडकर ने तो सानू सिरे की सुनाती, गुरु रविदास जी महाराज ने बेगमपुरा की संकल्पना की सी। बेगमपुरा की कि वह राज मैं चाहना है। सिकंदर लोधी ने जो अपने दिल्ली के विच बंदी बनाया, उन्होंने जेल च बंद किया, उत्थे बाबा साहब गुरु रविदास जी महाराज ने बेगमपुरा संकल्प लिया सी कि मैं ऐसा राज चाहना है जिथे किसी को ऊंच नीच जात पात का और मेरी गरीबी का कोई जहाँ कोड़ ना हो, मैं उस देश की संकल्पना करना है। जिन्हों लैके बाबा साहब अंबेडकर ने थोड़ा भारत का संविधान लिखा है, वह बिल्कुल जाति तोड़ो समाज जोड़ो का थोड़ा बहुत बड़ा उन्होंने तुम्हें पैगाम तुम्हें दिता कि आज जात पात का जो कोड़ आ। लेकिन एजुकेशन आने ना बाबा साहब अंबेडकर ने कहा कि जो असं एजुकेट हो जावे तो असं समाज की वागडोर संभालेंगे। लेकिन अज अफसोस है, पढ़ लिख गए हाँ लेकिन असं समाज में पिछे रह गए हाँ। बाबा साहब अंबेडकर ने कहा कि ये जो कारवा है मैं खून ना सिंच के इतने तक लेके आया हाँ, अगर तुम अगे नहीं लेके जा सकते तो तुम इन पिछे भी ना जान दो। लेकिन अज साडा कारवा पिछे जाता जा रहा है, अज जरूरत है उन्होंने रोकण की, उसे पहरा देने की। आओ आप गुरु रविदास जी महाराज के जो उन्होंने साड़ी विचारधारा जो सानू उन्होंने संदेश दिता है, बाबा साहब डॉक्टर भीमराव अंबेडकर जी ने जो सानू बहुत बड़ा हथियार एजुकेशन का दिता है और सानू वोट का अधिकार दिता है, आओ आप सही इस्तेमाल करिए। मैं भैणा तो एक बेनती करती हाँ कि आप एक टाइम रोटी घट खा लीए, एक सूट घट पा लीए, लेकिन अपने बच्चों अच्छी एजुकेशन जरूर दईए, क्योंकि आने वाला युग जो है वो आई टी का युग है, गवर्नमेंट स्कूलों की एजुकेशन का युग नहीं रह गया। साढ़े तो पिछले पंजाब सरकार ने ना अठवीं तक बच्चे कहते फेल ही नहीं करने, बड़ी शर्म की गल कि गरीब बच्चे जो गवर्नमेंट स्कूल गरीब पढ़ते हैं अठवीं तक फेल ही ना करो, नहीं पढ़ने अगे आके अपने कॉम्पीटिशन नहीं बैठेंगे। सो अज पे बैक टू सोसायटी आप स्लोगन लैके चलना, पे बैक टू सोसायटी का सानू बाबा साहब बहुत कुछ दे गए हैं। आओ अज जरूरत है अपने आने वाले भविख में अपने यूथ को बचाने के लिए। आप बाबा साहब अंबेडकर ने कहा कि पैर च जुत्ती होनी जरूरी नहीं है, तुहाडे हाथ में किताब होनी जरूरी है। अज अपने किताब फड़नी हाथ में। आओ बाबा साहब अंबेडकर छोटा जिहा मेरिया दो पंक्तियां, आप सो गया सदा दी नींद जाके सानू संविधान दे गया, बाबा सो गया सदा दी नींद जाके सानू साडे अधिकार दे गया, और सानू बहुत कुछ दे गया। आओ अगर असीं बाबा साहब नू अपने जिंदा देखना चाहते हाँ तो उन्होंने संविधान से पहरा देिए, उन्होंने अपना संविधान बचाइए ता जो साढ़े दिते हुए अधिकारों की आप रक्षा कर सकीए। इन्हों शब्दों के नाल मैं बेगमपुरा चैरिटेबल ट्रस्ट का बहुत बहुत धन्यवाद करती हाँ, मुबारकबाद दिंदी हाँ, अपने भैन वीर का भी बहुत बहुत धन्यवाद करती हाँ। जय भीम, जय भारत, जय गुरुदेव, धन गुरु।